ਸਰ ਦੱਸ ਦਿਓ ਜਿਹੜਾ ਫੜਿਆ ਆਰੋਪੀ ਉਹਦੇ ਬਾਰੇ। 9 ਫਰਵਰੀ ਨੂੰ ਇੱਕ ਅਰੁਣ ਬਸੀ ਨਾਂ ਦੇ ਲੜਕੇ ਨੇ ਸੁਸਾਈਡ ਕੀਤਾ ਸੀ ਟ੍ਰੇਨ ਦੇ ਥਾਂ 'ਤੇ, ਅਤੇ ਉਹਦੇ 'ਚ 176 ਦੀ ਕਾਰਵਾਈ ਵੇਲੇ ਹੋਈ ਸੀ। ਫਿਰ ਉਹਦੇ ਕੋਲੋਂ ਜਿਹੜਾ ਮੋਬਾਈਲ ਰਿਕਵਰ ਹੋਇਆ ਉਸ ਵੇਲੇ ਮੌਕੇ ਤੋਂ, ਉਹ ਮੋਬਾਈਲ ਨੂੰ ਜਦੋਂ ਚੰਗੀ ਤਰ੍ਹਾਂ ਆਪਾਂ ਖੰਗਾਲਿਆ ਉਹਦੇ ਵਿੱਚੋਂ ਲੀਕ ਦੋ ਨੇ ਵੀਡੀਓ ਆਪਣੀਆਂ ਖੁਦ ਤਿਆਰ ਕੀਤੀਆਂ ਹੋਈਆਂ ਸੀ ਮੋਬਾਈਲ ਦੇ ਵਿੱਚ ਹੀ ਸੇਫ ਸੀ, ਉਹ ਜਿਹੜੀਆਂ ਕਰਦੇ ਕਰਦੇ ਆਪਾਂ ਨੂੰ ਕੱਲ੍ਹ ਹੀ ਯਾਨੀ ਕਿ ਉਹ ਵੀਡੀਓ ਮਿਲੀਆਂ, ਜਿਹਦੇ ਬਿਹਾਫ 'ਤੇ ਆਪਾਂ ਉਹਦੇ ਵਾਰਸਾਂ ਨੂੰ ਬੁਲਾਇਆ ਸੀ। ਅਤੇ ਉਹਦੀ ਜਿਹੜੀ ਵਾਈਫ ਆ ਨੇਹਾ, ਉਹਨੇ ਫਿਰ ਸਟੇਟਮੈਂਟ ਦਿੱਤੀ। ਸਟੇਟਮੈਂਟ ਤੋਂ ਬਾਅਦ ਦੀਪਕ ਸ਼ਰਮਾ ਔਰ ਮੋਨਾ ਨਾਂ ਦੇ ਲੜਕੇ ਦੇ ਖਿਲਾਫ 306 ਦੇ ਤਹਿਤ ਮੁਕੱਦਮਾ ਦਰਜ ਕੀਤਾ ਸੀ, ਅਤੇ ਅੱਜ ਉਹਦੀ ਅਰੈਸਟ ਹੋਈ ਹੈ ਅਤੇ ਜਿਹਨੂੰ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਮਿਲਿਆ। ਸਰ ਕਿੱਥੋਂ ਫੜਿਆ? ਅਤੇ ਇਹਨੂੰ ਅਸੀਂ ਐਕਚੁਲੀ ਘਰ ਦੇ ਕੱਲ੍ਹ ਰੇਟ ਕੀਤਾ ਸੀ ਕਿ ਇਹ ਅੱਜ ਹੀ ਇੱਕ ਕਰਨ ਨਾਂ ਦੇ ਲੜਕੇ ਨੂੰ ਪੇਸ਼ ਕਰ ਦਿੱਤਾ ਸੀ। ਗੱਲ ਇੱਦਾਂ ਹੋਈ, ਮੈਨੂੰ ਸਰ ਦਾ ਫੋਨ ਆ SHO ਸਾਹਿਬ ਦਾ, ਮੈਨੂੰ ਕਹਿੰਦੇ ਇੱਦਾਂ ਤਾਂ ਕਿ ਕੁਛ ਕਲੂ ਮਿਲੇ ਨੇ, ਆ ਜਾਓ ਥਾਣੇ ਆਓ। ਮੈਂ ਥਾਣੇ ਆਇਆ ਅਤੇ ਸਰ ਨੇ ਮੈਨੂੰ ਵੀਡੀਓ ਦਿਖਾਈ, ਉਹਦੀ ਵੀਡੀਓ ਦੇ ਆਧਾਰ ਦੇ ਉੱਤੇ ਆਪਾਂ ਇਹਨਾਂ 'ਤੇ ਪਰਚਾ ਪਵਾਇਆ। ਵੀਡੀਓ ਦੇ ਵਿੱਚ ਕੀ ਕਹਿ ਰਿਹਾ? ਵੀਡੀਓ ਵਿੱਚ ਮੇਰਾ ਬ੍ਰਦਰ ਕਹਿ ਰਿਹਾ ਹੈਗਾ ਕਿ ਜੋ ਕੁਛ ਵੀ ਹੋਇਆ ਮੋਨੇ ਨੇ, ਮੈਂ ਮੋਨੇ ਕਰਕੇ ਸੁਸਾਈਡ ਕਰ ਰਿਹਾ, ਮੋਨੇ ਨੇ ਮੇਰੇ ਨਾਲ ਯਾਰੀ ਗੱਦਾਰੀ ਕੀਤੀ ਹੈਗੀ ਆ, ਅਤੇ ਮੇਰੀ ਮੌਤ ਦਾ ਕਾਰਨ ਮੋਨਾ ਵਾ, ਇਹਨੂੰ ਸਜ਼ਾ ਦਿੱਤੀ ਜਾਵੇ। ਅਤੇ ਭਾਅ ਜੀ ਬ੍ਰਦਰ ਦਾ ਕੀ ਨਾਮ ਸੀ ਤੁਹਾਡੇ? ਮੇਰੇ ਬ੍ਰਦਰ ਨਾਮ ਅਰੁਣ ਬੱਸੀ ਸੀ। ਅਤੇ ਤੁਹਾਡੇ ਬ੍ਰਦਰ ਨੇ ਸੁਸਾਈਡ ਜਦੋਂ ਕੀਤਾ ਉਹ ਕੀ ਕਦੋਂ ਕੀਤਾ ਸੀ? ਇਹ 9 ਤਰੀਕ ਨੂੰ, 9/2/19 ਨੂੰ ਕੀਤਾ ਸੀ। ਅਤੇ ਪੁਲਿਸ ਨੂੰ ਉਦੋਂ ਕੋਈ ਕੁਛ ਸਬੂਤ ਵਗੈਰਾ ਨਹੀਂ ਮਿਲਿਆ? ਉਦੋਂ ਪਹਿਲਾਂ ਕੁਛ ਨਹੀਂ ਮਿਲਿਆ, ਬਾਅਦ ਵਿੱਚ ਸਰ ਨੇ ਬੋਰੀ ਬਹੁਤ ਮਿਹਨਤ ਕਰਕੇ ਜਿਹੜੀਆਂ ਕਿ ਇਹਦੀਆਂ ਫੋਨ ਦੀ ਤਹਿਕੀਕਾਤ ਕੀਤੀ ਅਤੇ ਉਹਦੇ ਵਿੱਚੋਂ ਪਤਾ ਲੱਗਾ ਸਰ ਨੇ ਜੋ ਕੁਛ ਕੀਤਾ, ਧਰਮਿੰਦਰ ਸਰ ਨੇ ਕੀਤਾ। ਆਪਾਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੂੰਗਾ। ਮੈਂ ਤਾਂ ਤੁਸੀਂ ਕੀ ਮੰਗ ਕਰਦੇ? ਮੈਂ ਚਾਹੁੰਦਾ ਜੀ ਉਹਨਾਂ ਨੂੰ ਸਜ਼ਾ ਤਾਂ ਮੋਨੇ ਨੂੰ ਮਿਲੇ ਹੀ ਮਿਲੇ, ਔਰ ਦੂਜੀ ਸਰ ਨੂੰ ਵੀ ਥੋੜ੍ਹਾ ਪ੍ਰਮੋਸ਼ਨ ਜ਼ਰੂਰ ਮਿਲੇ ਨਾਲ। ਧਰਮਿੰਦਰ ਕਲਿਆਣ ਜੀ ਹੈਗੇ ਨੇ ਸਾਡੇ ਵਾਸਤੇ ਰੱਬ ਦਾ ਰੂਪ ਹੈਗੇ, ਉਹ ਜੋ ਕੁਛ ਕੀਤਾ ਉਹਨਾਂ ਨੇ ਕੀਤਾ। ਤੁਹਾਨੂੰ ਦੂਜੀ ਪਾਰਟੀ ਵੱਲੋਂ ਕੋਈ ਪ੍ਰੈਸ਼ਰ ਪੁਲਿਸ ਤਾਂ ਨਹੀਂ ਆ ਰਿਹਾ? ਸਾਨੂੰ ਹਾਲੇ ਤੱਕ ਤਾਂ ਕੋਈ ਪ੍ਰੈਸ਼ਰ ਨਹੀਂ ਆ ਰਿਹਾ, ਪਰ ਬਾਕੀ ਜੇ ਕੋਈ ਇੱਦਾਂ ਦੀ ਗੱਲ ਹੋਏਗੀ ਮੈਂ ਆਪਣੇ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਾਂਗਾ ਤੁਹਾਡੇ ਨਾਲ। ਤੁਹਾਡੇ ਬ੍ਰਦਰ ਕੰਮ ਕੀ ਕਰਦਾ ਸੀ? ਮੇਰਾ ਬ੍ਰਦਰ ਜੀ ਸਲੂਨ ਦਾ ਕੰਮ ਕਰਦਾ ਸੀ, ਨਾਲ ਜਨਰੇਟਰ ਦਾ ਕੰਮ ਸੀ ਉਹਦਾ। ਕੋਈ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀ? ਕੋਈ ਪੈਸੇ ਦਾ ਲੈਣ ਦੇਣ ਵੀ ਹੈਗਾ ਸੀ ਜੀ ਕੋਈ। ਅਤੇ ਦੀਪਕ ਕੀ ਕੰਮ ਕਰਦਾ? ਦੀਪਕ ਜੀ ਜੋ ਸੁਣਨ 'ਚ ਆਇਆ ਵਿਹਲਾ ਹੈਗਾ, ਔਰ ਕਾਂਗਰਸ ਨੇਤਾ ਹੈਗਾ, ਬਲੋਕ ਪ੍ਰੈਜ਼ੀਡੈਂਟ ਹੈ ਨੌਰਥ ਦਾ, ਅਤੇ ਬਾਕੀ ਕੋਈ ਸੁਣਨ 'ਚ ਆਇਆ ਜੀ ਸ਼ਰਾਬ ਸ਼ਰੂਬ ਦਾ ਕੰਮ ਵੀ ਕਰਦੇ ਨੇ। ਠੀਕ ਹੈ ਜੀ, ਥੈਂਕ ਯੂ।